खूबसूरत सीरत ते लियाकत दा मुकाबला मिस कैनेडा पंजाबन। कैनेडा दे टोरंटो शहर विच करवाए गए मिस कैनेडा पंजाबन दे फाइनल विच पहुंचियां कुड़ियां विचों सूरत सीरत ते लियाकत दे आधार ते मिस कैनेडा पंजाबन दी चोण हुई। इस प्रतियोगिता विच कई राउंड सन जिवें सोलो डांस, टैलेंट राउंड, क्वेश्चन आंसर राउंड ते ग्रुप डांस। इस पूरी प्रतियोगिता विच हर कुड़ी अपने हुनर विच दूजे तो वध सी, पर अखीर ऐलान होया उस नां दा जिस दा सारियां नूं इंतजार सी, मिस कैनेडा पंजाबन दा। ए खिताब हासिल होया अर्शदीप पंधेर नूं। मैं हुणे मिस कैनेडा पंजाबन टोरंटो विच दा खिताब जित्या है ते मैं इस टाइम बहुत खुश हाँ कि मैं कैनेडा विच बॉर्न होण दे कारण भी एक अपने सभ्याचार नूं इदां कायम रख्या है ते मैं मिस वर्ल्ड पंजाबन विच हिस्सा लैण जा रही हाँ। ਜ਼ਿਕਰਯੋਗ ਹੈ ਕਿ ਸੱਭਿਆਚਾਰਕ ਸੱਤ ਪੰਜਾਬ ਵੱਲੋਂ ਮਿਸ ਯੂਐਸਏ ਪੰਜਾਬਨ ਤੇ ਮਿਸ ਆਸਟ੍ਰੇਲੀਆ ਪੰਜਾਬਨ ਵੀ ਕਰਵਾਇਆ ਜਾਂਦਾ ਹੈ ਤੇ ਇਹ ਮੁਟਿਆਰਾਂ ਮਿਸ ਵਰਲਡ ਪੰਜਾਬਨ ਵਿੱਚ ਹਿੱਸਾ ਲੈਂਦੀਆਂ ਨੇ। ਤਕਰੀਬਨ 1000 ਤੋਂ ਵੱਧ ਦਰਸ਼ਕਾਂ ਨੇ ਇੱਥੇ ਆ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਔਰ ਜਿਹੜੀ ਇੱਥੋਂ ਦੀ ਜੰਪਲ ਲੜਕੀ ਹੈ ਕੈਨੇਡਾ ਦੀ ਜਿਹਦਾ ਨਾਂ ਹੈ ਅਰਸ਼ਦੀਪ ਪੰਧੇਰ, ਉਹਨੇ ਇਹ ਜਿਹੜਾ ਤੀਸਰਾ ਟਾਈਟਲ ਜਿੱਤਿਆ ਜਿਹੜੀ ਹੁਣ 12ਵਾਂ ਅੰਤਰਰਾਸ਼ਟਰੀ ਵਿਲੱਖਣ ਮੁਕਾਬਲਾ ਜਿਹੜਾ ਕਿ ਸੱਭਿਆਚਾਰ ਸੱਤ ਪੰਜਾਬ ਅਤੇ ਪੀ ਟੀ ਸੀ ਚੈਨਲ ਪੰਜਾਬੀ ਵੱਲੋਂ ਹਮੇਸ਼ਾ ਵਾਂਗ ਲੁਧਿਆਣੇ ਵਿਖੇ ਹੋਏਗਾ ਉਹਦੇ ਵਿੱਚ ਇਹ ਇੱਥੇ ਦੀਆਂ ਟੋਰਾਂਟੋ ਦੀਆਂ ਕੈਨੇਡਾ ਦੀਆਂ ਪੰਜਾਬਣਾਂ ਦੀ ਪ੍ਰਤਿਨਿਧਤਾ ਕਰੇਗੀ। ਇਸ ਪ੍ਰਤੀਯੋਗਿਤਾ ਦੀ ਖਾਸ ਗੱਲ ਇਹ ਰਹੀ ਕਿ ਇਸ ਵਿੱਚ ਕਿਸੇ ਵੀ ਕੁੜੀ ਨੂੰ ਨਿਰਾਸ਼ ਨਹੀਂ ਕੀਤਾ ਗਿਆ ਤੇ ਹਰ ਕਿਸੇ ਨੂੰ ਕੋਈ ਨਾ ਕੋਈ ਅਵਾਰਡ ਦਿੱਤਾ ਗਿਆ ਜਿਵੇਂ ਬੈਸਟ ਸੋਲੋ ਡਾਂਸ, ਬੈਸਟ ਟੈਲੈਂਟਡ ਪੰਜਾਬਨ, ਮੋਸਟ ਇੰਟੈਲੀਜੈਂਟ ਪੰਜਾਬਨ ਤੇ ਗਿੱਧਿਆਂ ਦੀ ਰਾਣੀ। ਕੈਮਰਾਮੈਨ ਵਰਿੰਦਰ ਮਥਾਨ ਦੇ ਨਾਲ ਰੁਪਿੰਦਰ ਕੌਰ, ਪੀਡੀਸੀ ਨਿਊਜ਼, ਟੋਰਾਂਟੋ, ਕੈਨੇਡਾ।